बिगाने इश्क च अन्नी होई डाकिये दी पत्नी अपने ही पति दे कतल दी साजिश रच दित्ती, अपने ही पति नू नहर ते लै गई। बस फिर शुरू होई साजिश, डाकिये दे कतल दी गुत्थी नू मोगा पुलिस ने पछाण होण तों बाद कुछ घंटिया च सुलझा लिया। दरअसल डाकिये नू उसकी अपनी ही पत्नी साजिश का शिकार बना गई, क्योंकि उसकी पत्नी दे किसी दे नाल प्रेम संबंध हो गए सी ते डाकिये नू इस गल की पणक लग गई सी। बस फिर की सी, डाकिये नू उसकी पत्नी ने कहा कि उसने अपनी माँ का पता लैन जाना, इस दे बहाने उसनू नहर दे कोल लै गई ते अपना आशक सद लिया, उत्थे कतल करके उसनू नहर विच सुट दिता। उसने पड़ताल शुरू की थी ते लाश की पछाण हो गई। बस फिर किसी कुछ घंटिया ची कतल दी गुत्थे सुलझ गए। तुसी आप ही देख लो की है पूरा मामला। दैनिक मेल पंजाबी टीवी दे मोगा तों त्रिप कुमार दी रिपोर्ट। अजीतवार पुलिस ने एक सूए दे विचों लाश मिली थी सर, की कारवाई यार, की मामला सर? कल मिति 4/7/21 नूं सानूं सलाह मिली ही कि अखाड़ा माइनर जो कि जगराओं तों आउंदी है, पिंड ढुड्डी के तो लंघती है, उतों एक लाश जिहड़ी है पानी च तैरती आ रही है। जो असी मौके ते पुज के उस डेड बॉडी नूं लोकां दी मदद नाल बाहर कढ़िया, उहदी शनाख्त कराउण लई सोशल मीडिया ते खबर पाई गई। उस तों बाद जिहड़ी है डेड बॉडी असी शनाख्त लई 72 घंटिआं लई सिविल हस्पताल मोगा विखे मोर्चे विखा दित्ती, जिस दी अज मिती 5/7/21 ਨੂੰ ਬਲਵੀਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਮਲਕਪੁਰ ਜੋ ਕਿ ਜਗਰਾਓਂ ਦਾ ਰਹਿਣ ਵਾਲਾ ਸੀ, ਜੋ ਮ੍ਰਿਤਕ ਰਾਜਕੁਮਾਰ ਦਾ ਚਾਚੇ ਦਾ ਲੜਕਾ ਸੀ, ਉਹਨੇ ਉਹਦੇ ਨਾਲ ਹੋਰ ਮੋਹਤਵਰ ਵਿਅਕਤੀ ਆਏ ਸਨ ਜਿਨ੍ਹਾਂ ਨੇ ਸ਼ਨਾਖਤ ਕੀਤੀ ਕਿ ਇਹ ਜਿਹੜਾ ਮ੍ਰਿਤਕ ਰਾਜਕੁਮਾਰ ਹੈ ਉਸਦੇ ਤਾਈ ਦਾ ਲੜਕਾ ਹੈ ਅਤੇ ਜਗਰਾਓਂ ਵਿਖੇ ਪੋਸਟਮੈਨ ਦੀ ਨੌਕਰੀ ਕਰਦਾ ਹੈ। ਜੋ ਉਸਦੇ ਬਿਆਨ 'ਤੇ ਅਸੀਂ ਮ੍ਰਿਤਕ ਦੀ ਪਤਨੀ ਸੁਰਿੰਦਰ ਕੁਮਾਰ ਸੁਰਿੰਦਰ ਕੌਰ ਅਤੇ ਉਸਦੇ ਪ੍ਰੇਮੀ ਆਪਣੇ ਦਲਜੀਤ ਸਿੰਘ ਉਰਫ ਨਿੱਕਾ ਜੋ ਕਿ ਜਗਰਾਓਂ ਦਾ ਰਹਿਣ ਵਾਲਾ ਹੈ, ਉਹਨਾਂ ਦੋਨਾਂ ਦੇ ਖਿਲਾਫ 302/34/201 IPC ਦਾ ਮੁਕਦਮਾ ਦਰਜ ਕੀਤਾ ਗਿਆ। ਇਹ ਦੋਨਾਂ ਨੇ ਮਿਲ ਕੇ ਮਾਰਿਆ ਜੀ? ਇਹਨਾਂ ਦੋਨਾਂ ਨੇ ਬਿਲਕੁਲ ਮਿਲ ਕੇ ਮਾਰਿਆ। ਦੋਨਾਂ ਕਿੱਥੇ ਕੀਤਾ ਜੀ ਕਤਲ? ਇਹਨਾਂ ਨੇ ਕਤਲ ਜਿਹੜਾ ਚੂਰ ਚੱਕ ਜੋ ਮਾਈਡਰ ਜਗਰਾਓਂ ਤੋਂ ਆਉਂਦੀ ਹੈ ਉੱਥੇ ਨਹਿਰ 'ਤੇ ਮਾਰ ਕੇ ਇਹਨਾਂ ਨਾਲ ਨਹਿਰ ਵਿੱਚ ਉਹਦੀ ਲਾਸ਼ ਨੂੰ ਛੁਪਾਉਣ ਲਈ ਉੱਥੇ ਨਹਿਰ 'ਚ ਸੁੱਟ ਦਿੱਤਾ। ਨਾਲੀ ਲੈ ਕੇ ਸੀ ਕਿ ਰਾਜਕੁਮਾਰ ਨੂੰ ਕਿਵੇਂ ਨਾਲ ਆ ਗਿਆ ਇਹਨਾਂ ਦੇ? ਰਾਜਕੁਮਾਰ ਨੂੰ ਇਹ ਕੋਈ ਬਹਾਨਾ ਲਾ ਕੇ ਆਈ, ਕੋਈ ਰਿਸ਼ਤੇਦਾਰੀ 'ਚ ਕੋਈ ਬਿਮਾਰ ਹੈ ਉਹਦਾ ਪਤਾ ਲੈਣ ਜਾਣਾ ਹੈ, ਬਹਾਨੇ ਨਾਲ ਹੀ ਉਹਨੂੰ ਇੱਥੇ ਮਾਰ ਦੇਣ ਦੀ ਨੀਤ ਨਾਲ ਲੈ ਕੇ ਆਈ। ਸਰ ਮ੍ਰਿਤਕ ਨੂੰ ਪਤਾ ਸੀਗਾ ਕਿ ਉਹਦੀ ਪਤਨੀ ਦੇ ਰਿਲੇਸ਼ਨ ਉਸ ਲੜਕੇ ਨਾਲ? ਮ੍ਰਿਤਕ ਜਿਹੜਾ ਹੈਗਾ ਰਾਜਕੁਮਾਰ, ਉਹਨੂੰ ਇਹ ਸ਼ੱਕ ਸੀ ਕਿ ਮੇਰੀ ਪਤਨੀ ਦੇ ਜਿਹੜਾ ਦਲਜੀਤ ਸਿੰਘ ਨਾਲ ਸੰਬੰਧ ਨੇ ਉਹ ਸ਼ੱਕ ਕਰਦਾ ਸੀ। ਉਹਨੇ ਪਹਿਲਾਂ ਕਈ ਵਾਰੀ ਦਲਜੀਤ ਸਿੰਘ ਨੂੰ ਰੋਕਿਆ ਵੀ ਸੀ, ਆਪਣੀ ਪਤਨੀ ਨੂੰ ਵੀ ਰੋਕਿਆ ਸੀ, ਪਰ ਫਿਰ ਵੀ ਇਹ ਜਿਹੜੇ ਹੈਗੇ ਆ ਆਪਣੇ ਪ੍ਰੇਮ ਸੰਬੰਧਾਂ ਦੇ ਕਾਇਮ ਰਹੇ, ਜਿਨ੍ਹਾਂ ਨੇ ਇਹਨੂੰ ਵਿੱਚ ਰੋੜਾ ਸਮਝਿਆ ਦੋਨਾਂ ਨੇ ਅਤੇ ਰੋੜਾ ਸਮਝ ਕੇ ਇਹਨੂੰ ਪਾਸੇ ਕਰਨ ਲਈ ਇਹਦਾ ਕਤਲ ਕਰ ਦਿੱਤਾ। ਇਹਨਾਂ ਕਤਲ ਉਹਦਾ ਜਿਹੜਾ ਹੈਗਾ ਫੜ ਕੇ ਅਤੇ ਉਹਦੀ ਜਿਹੜੀ ਹੈਗੀ ਆ ਗਰਦ ਨਾਲ ਗਲਾ ਵੱਢਿਆ, ਸਾਰਾ ਵੱਢਿਆ। ਇਹ ਰਾਜਕੁਮਾਰ ਨੂੰ ਲੈ ਕੇ ਕਿਸ 'ਤੇ ਆਏ ਸੀ? ਤਿੰਨੇ ਜਾਣੇ ਕਦੇ 'ਤੇ ਆਏ ਸੀ? ਇਹ ਤਾਂ ਸਕੂਟਰੀ 'ਤੇ ਆਈ ਮੋਪੜੇ। ਸਕੂਟਰੀ ਬਰਾਮਦ ਹੋਈ ਸਰ? ਨਹੀਂ, ਅਜੇ ਤੱਕ ਇਹਦੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ। ਰਾਜਕੁਮਾਰ ਦੀ ਪਤਨੀ ਦੇ ਕਿੰਨੀ ਦੇਰ ਤੋਂ ਰਿਲੇਸ਼ਨ ਸੀ ਸਰ? ਇਹਦੇ ਸਾਲ ਤੋਂ ਰਿਲੇਸ਼ਨ ਸੀ ਇਹਨਾਂ। ਅਤੇ ਰਾਜਕੁਮਾਰ ਕੀ ਕਰਦਾ ਹੈ ਔਰ ਉਹਦੀ ਪਤਨੀ ਕੀ ਕਰਦੀ? ਰਾਜਕੁਮਾਰ ਜਿਹੜਾ ਹੈਗਾ ਡਾਕਖਾਨੇ 'ਚ ਬਤੌਰ ਪੋਸਟਮੈਨ ਹੈ ਅਤੇ ਉਸਦੀ ਜਿਹੜੀ ਪਤਨੀ ਹੈ ਮਿਊਂਸੀਪਲ ਕਾਰਪੋਰੇਸ਼ਨ ਜਗਰਾਓਂ ਵਿਖੇ ਬਤੌਰ ਸਫਾਈ ਸੇਵਕ ਕੰਮ ਕਰਦੀ ਹੈ। ਸਰ ਉਹਦੇ ਰਿਲੇਸ਼ਨ ਕਿਵੇਂ ਬਣੇ ਪਤਨੀ ਦੇ ਉਹਦੇ ਨਾਲ? ਜਿਹੜੀ ਪਤਨੀ ਨੇ ਆਪਣੀ ਮਦਦ ਲਈ ਇਹ ਮਲਕੀ ਦਲਜੀਤ ਸਿੰਘ ਨੂੰ ਬਤੌਰ ਸਹਾਇਕ ਰੱਖਿਆ ਹੋਇਆ ਸੀ, ਇਸੇ ਤਰ੍ਹਾਂ ਦੋਨਾਂ ਦੇ ਪ੍ਰੇਮ ਸੰਬੰਧ ਬਣ ਗਏ ਅਤੇ ਇੱਕ ਦੂਜੇ ਦੇ ਘਰ ਇਹਨਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ। ਉਮਰ ਕਿੰਨੀ ਹੈ ਜੀ? ਜਿਹੜੀ ਲੇਡੀ ਦੀ ਉਮਰ ਆ ਕਰੀਬ 45 ਸਾਲ ਹੈ ਅਤੇ ਜਿਹੜਾ ਦਲਜੀਤ ਸਿੰਘ ਹੈ ਉਸ ਨਿੱਕਾ ਆ 30 ਸਾਲ ਉਮਰ ਹੈ, ਅਨਮੈਰਿਡ ਆ। ਕੀ ਕਾਰਵਾਈ ਕੀ ਹੈ ਜੀ? ਕਾਰਵਾਈ ਦੋਨਾਂ ਦੇ ਖਿਲਾਫ ਜਿਹੜੀ ਹੈਗੀ ਆ ਅਸੀਂ ਦੋਨਾਂ ਦੀ ਗ੍ਰਿਫਤਾਰੀ ਪਾ ਲਈ ਆ, ਅਗਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ।
पंडित एम के शर्मा, फीस नहीं इनाम लवांगा, धोखा नहीं कम करांगा, माता रानी ने चाया ता खून दे हंजू नहीं आन देवांगा, पंडित मौलवी तो विश्वास खो चुके एक बार जरूर अजमाओ, पंडित एम के शर्मा, प्रेमी प्रेमिका नू मिलाना, सोतन दुश्मन तो छुटकारा, विदेश यात्रा च रुकावट माता पिता नू मनाना, एक बार मिलाओ फोन ते जरूर अजमाओ अपनी किस्मत, करो संपर्क 97793995956।